ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਜੀਤ ਰੰਧਾਵਾ ਤੁਹਾਡੇ ਸਾਹਮਣੇ ਭਗਤ ਸਿੰਘ ਨੂੰ ਸਮਰਪਿਤ ਇੱਕ ਰਚਨਾ ਪੇਸ਼ ਕਰਨ ਜਾ ਰਹੇ ਹਾਂ, ਜਿਸ ਨੂੰ ਲਿਖਿਆ ਸ਼ਾਹ ਵਰਿਆਮ ਸੇਠੀ ਜੀ ਨੇ। ਸੋ ਉਮੀਦ ਕਰਦੇ ਹਾਂ ਕਿ ਪਹਿਲਾਂ ਵਾਂਗੂ ਤੁਸੀਂ ਪਿਆਰ ਦਿਓਗੇ ਅਤੇ ਸਤਿਕਾਰ ਦਿਓਗੇ। ਹੋ ਜਿਹੜੇ ਮੁਲਕ ਦੀ ਖਾਤਰ ਭਗਤ ਸਿੰਘ ਫਾਂਸੀ ਚੜਿਆ ਸੀ, ਜਿਹਨੂੰ ਆਜ਼ਾਦ ਕਰਾਉਣ ਲਈ ਗੋਰਿਆਂ ਨਾਲ ਲੜਿਆ ਸੀ, ਹੋਏ ਉੱਥੇ ਫੁੱਲਾਂ ਦੀ ਥਾਂ, ਹੋਏ ਫੁੱਲਾਂ ਦੀ ਥਾਂ, ਹੋ ਫੁੱਲਾਂ ਦੀ ਥਾਂ ਪੈਦਾ ਹੋ ਗਈ ਨਸਲੀ ਥੋੜਾਂ ਦੀ। ਹੋਏ ਹੁਣ ਮੁਲਕ ਤੇਰੇ ਵਿੱਚ ਹੋ ਗਈ ਭਗਤ ਸਿੰਘ ਚੌਧਰੀ ਚੋਰਾਂ ਦੀ, ਮੁਲਕ ਤੇਰੇ ਵਿੱਚ ਹੋ ਗਈ ਭਗਤ ਸਿੰਘ ਚੌਧਰੀ ਚੋਰਾਂ ਦੀ। ਜੋ ਸੱਚ ਦੀ ਖਾਤਰ ਬੋਲੇ ਉਹਨੂੰ ਇਹ ਮਰਵਾ ਦਿੰਦੇ, ਜੋ ਗੁੰਡਾਗਰਦੀ ਕਰਦਾ ਏ ਉਹਨੂੰ ਰਾਜ ਬਿਠਾ ਦਿੰਦੇ, ਜੋ ਗੁੰਡਾਗਰਦੀ ਕਰਦਾ ਏ ਉਹਨੂੰ ਰਾਜ ਬਿਠਾ ਦਿੰਦੇ। ਇੱਥੇ ਥੱਲਿਓਂ ਹੀ ਉੱਪਰ, ਹਏ ਉੱਪਰ ਥੱਲਿਓਂ, ਇੱਥੇ ਥੱਲਿਓਂ ਹੀ ਉੱਪਰ ਤੈਨ ਚੱਲੇ ਸਭ ਰਿਸ਼ਵਤ ਖੋਰਾਂ ਦੀ। ਓਏ ਹੁਣ ਮੁਲਕ ਤੇਰੇ ਵਿੱਚ ਹੋ ਗਈ ਭਗਤ ਸਿੰਘ ਚੌਧਰੀ ਚੋਰਾਂ ਦੀ, ਓਏ ਹੁਣ ਮੁਲਕ ਤੇਰੇ ਵਿੱਚ ਹੋ ਗਈ ਭਗਤ ਸਿੰਘ ਚੌਧਰੀ ਚੋਰਾਂ ਦੀ। ਜੋ ਸੋਨ ਚਿੜੀ ਪੰਜਾਬ ਦੀ ਸੀ ਉਹਨੂੰ ਨਰਕ ਬਣਾ ਦਿੱਤਾ, ਨਸ਼ਿਆਂ ਵਾਲੀ ਦਲਦਲ ਸਥਾਰਾ ਗਰਕ ਬਣਾ ਦਿੱਤਾ, ਹੋ ਨਸ਼ਿਆਂ ਵਾਲੀ ਦਲਦਲ ਬੇੜਾ ਗਰਕ ਬਣਾ ਦਿੱਤਾ। ਹੋਏ ਹੁਣ ਉੱਲੂ ਬੋਲਣ, ਹਏ ਉੱਲੂ ਬੋਲਣ, ਹੁਣ ਉੱਲੂ ਬੋਲਣ ਲੱਗ ਗਏ ਭਗਤ ਸਿੰਘ ਬੋਲੀ ਮੋਰਾਂ ਦੀ। ਹੋਏ ਹੁਣ ਮੁਲਕ ਤੇਰੇ ਵਿੱਚ ਹੋ ਗਈ ਭਗਤ ਸਿੰਘ ਚੌਧਰੀ ਚੋਰਾਂ ਦੀ, ਹੋਏ ਹੁਣ ਮੁਲਕ ਤੇਰੇ ਵਿੱਚ ਹੋ ਗਈ ਭਗਤ ਸਿੰਘ ਚੌਧਰੀ ਚੋਰਾਂ ਦੀ। ਸਾਲ ਕੁ ਬਾਅਦ ਸਮਾਧ ਤੇਰੀ ਤੇ ਫੁੱਲ ਚੜ੍ਹਾ ਦਿੰਦੇ, ਤੂੰ ਕੌਣ ਭਗਤ ਸਿੰਘ ਸੀਗਾ ਸਾਰਾ ਸਾਲ ਭੁਲਾ ਦਿੰਦੇ, ਤੂੰ ਕੌਣ ਭਗਤ ਸਿੰਘ ਸੀਗਾ ਸਾਰਾ ਸਾਲ ਭੁਲਾ ਦਿੰਦੇ। ਹਏ ਸ਼ਾਹ ਵਰਿਆਮ ਜੀ, ਹਏ ਸ਼ਾਹ ਵਰਿਆਮ ਹੈ, ਕਹੇ ਸ਼ਾਹ ਵਰਿਆਮ ਜੈ ਜੈਕਾਰ ਹੈ ਨਕਲੀ ਮੋਹਰਾਂ ਦੀ। ਹੋਏ ਹੁਣ ਮੁਲਕ ਤੇਰੇ ਵਿੱਚ ਹੋ ਗਈ ਭਗਤ ਸਿੰਘ ਚੌਧਰੀ ਚੋਰਾਂ ਦੀ, ਹੋਏ ਹੁਣ ਮੁਲਕ ਤੇਰੇ ਵਿੱਚ ਹੋ ਗਈ ਭਗਤ ਸਿੰਘ ਚੌਧਰੀ ਚੋਰਾਂ ਦੀ। ਧੰਨਵਾਦ ਜੀ।